ਹੈਲੋ ਦੋਸਤੋ, ਮੈਂ ਨਵਜਿੰਦਰ ਸਿੰਘ ਲਰਨ ਡੇਲ ਤੇ ਤੁਹਾਡਾ ਸਵਾਗਤ ਕਰਦਾ ਹਾਂ। ਤਾਂ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ ਆਲ ਤੇ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ। ਤਾਂ ਅੱਜ ਆਪਣੀ ਹੈ ਪੰਜਾਬ ਜੀਕੇ ਦੀ ਜਿਹੜੀ ਆਪਾਂ ਥਿਊਰੀ ਕਲਾਸਿਸ ਸ਼ੁਰੂ ਕੀਤੀਆਂ ਸੀ ਉਹਨਾਂ ਕਲਾਸਿਸ ਦੀ ਅੱਜ ਕਲਾਸ ਨੰਬਰ 10 ਹੈ, ਜਿਸ ਦੇ ਵਿੱਚ ਆਪਾਂ ਅੱਜ ਸਪੈਸ਼ਲ ਜਿਹੜਾ ਟੌਪਿਕ ਲੈ ਕੇ ਆਏ ਹਾਂ ਉਹ ਲੈ ਕੇ ਆਏ ਹਾਂ 2011 ਦੀ ਜਨਗਣਨਾ। ਤਾਂ 2011 ਦੀ ਜਨਗਣਨਾ ਬਾਰੇ ਆਪਾਂ ਪੂਰੀ ਜਾਣਕਾਰੀ ਜਿਹੜੀ ਹੈਗੀ ਉਹ ਇਸ ਵੀਡੀਓ ਦੇ ਵਿੱਚ ਕਲੈਕਟ ਕਰਾਂਗੇ। ਜਿਹੜਾ ਅੱਜ ਦਾ ਮੇਨ ਟੌਪਿਕ ਆਪਣਾ ਰਹਿਣ ਵਾਲਾ ਉਹ 2011 ਦੀ ਜਨਗਣਨਾ ਹੀ ਹੈ ਮੇਨ, ਠੀਕ ਹੈ। ਹੋਰ ਆਪਾਂ ਟੌਪਿਕ ਇਹਦੇ ਵਿੱਚ ਕੋਈ ਨਹੀਂ ਐਡ ਕਰਾਂਗੇ, ਠੀਕ ਹੈ। ਤਾਂ ਇਸੇ ਇਕੱਲੇ ਟੌਪਿਕ 'ਤੇ ਹੀ ਆਪਾਂ ਜਿਹੜਾ ਹੈ ਪੂਰਾ ਧਿਆਨ ਦਵਾਂਗੇ। ਤਾਂ ਅਗਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਅੱਗੇ ਦੀਆਂ ਵੀਡੀਓ ਵਿੱਚ ਜਿਹੜੀਆਂ ਨੇ ਉਹਨਾਂ ਦੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਦੀ ਰਹੇ। ਤਾਂ ਇਸ ਦੇ ਨਾਲ ਹੀ ਅੱਜ ਦੀ ਕਲਾਸ ਜੋ ਆਪਾਂ ਸਟਾਰਟ ਕਰਦੇ ਹਾਂ, ਜਿਵੇਂ ਕਿ ਤੁਸੀਂ ਦੇਖ ਰਹੇ ਹੋਗੇ ਪੰਜਾਬ ਸਾਇੰਸਿਸ 2011। ਤਾਂ ਇਸਦਾ ਜੋ ਕੁਸ਼ਚਨ ਆਪਣੇ ਕੋਲ, ਆਪਾਂ ਇਸਨੂੰ ਜਿਹੜੀ ਵੀਡੀਓ ਹੈ ਦੀ, ਠੀਕ ਹੈ, ਇਸਨੂੰ ਆਪਾਂ ਹੋਮ ਰਿਟਨ ਜਿਹੜੇ ਹੈਗੇ ਨੇ ਆਪਣੇ ਹੈਂਡ ਰਿਟਨ ਨੋਟਸ ਜਿਹੜੇ ਨੇ ਘਰੇ ਤਿਆਰ ਕੀਤੇ ਹੋਏ, ਤਾਂ ਉਹਨਾਂ ਦੇ ਨਾਲ ਹੀ ਰਿਲੇਟਡ ਮੈਂ ਅੱਜ ਸਿਰਫ ਫੋਟੋਜ਼ ਖਿੱਚ ਕੇ ਜਿਹੜਾ ਹੈ ਇਹਨਾਂ ਨੂੰ ਇਸੇ ਤਰੀਕੇ ਨਾਲ ਕੁਸ਼ਚਨ ਜਿਹੜੇ ਨੇ ਬਣਾਏ ਨੇ, ਠੀਕ ਹੈ। ਤਾਂ ਉਸੇ ਤਰੀਕੇ ਨਾਲ ਹੀ ਇਹਨਾਂ ਦੀ ਕਲਾਸ ਜਿਹੜੀ ਉਹ ਲਗਾ ਰਹੇ ਹਾਂ। ਤਾਂ ਆਪਣੇ ਕੋਲ ਜੋ ਕੁਸ਼ਚਨ ਹੈ ਫਸਟ ਆਪਣੇ ਕੋਲ ਹੈ, ਭਾਰਤੀ ਮਰਦਮਸ਼ੁਮਾਰੀ ਕਿਸ ਮੰਤਰਾਲੇ ਦੁਆਰਾ ਕੀਤੀ ਜਾਂਦੀ ਹੈ? ਭਾਰਤ ਦੀ ਮਰਦਮਸ਼ੁਮਾਰੀ ਯਾਨੀ ਕਿ ਜਿਹੜੀ ਵੀ ਆਪਾਂ ਕਿ ਜਨਗਣਨਾ ਹੁੰਦੀ ਹੈ, ਠੀਕ ਹੈ, ਤਾਂ ਉਹ ਕਿਸ ਮੰਤਰਾਲੇ ਦੁਆਰਾ ਕੀਤੀ ਜਾਂਦੀ ਹੈ? ਤਾਂ ਆਪਣੇ ਕੋਲ ਇਸਦਾ ਜੋ ਆਂਸਰ ਬਣ ਜਾਂਦਾ ਹੈ ਉਹ ਬਣ ਜਾਂਦਾ ਮਿਨਿਸਟਰੀ ਆਫ ਹੋਮ ਅਫੇਅਰ। ਤਾਂ ਮਿਨਿਸਟਰੀ ਆਫ ਹੋਮ ਅਫੇਅਰ ਜਿਹੜੀ ਹੁੰਦੀ ਹੈ ਉਹ ਪੰਜਾਬ ਦੀ ਜਨਗਣਨਾ ਜਿਹੜੀ ਹੈ ਉਹ ਕਰਦੀ ਹੈ। ਨੈਕਸਟ ਹੈ ਆਪਣੇ ਕੋਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਸੀ? ਤਾਂ ਜਦੋਂ 2011 ਦੇ ਵਿੱਚ ਜਨਗਣਨਾ ਕੀਤੀ ਗਈ ਤਾਂ ਉਸ ਸਮੇਂ ਪੰਜਾਬ ਦੀ ਕੁੱਲ ਆਬਾਦੀ ਜਿਹੜੀ ਸੀਗੀ ਉਹ ਕਿੰਨੀ ਸੀਗੀ? ਤਾਂ ਇਹ ਸੀਗੀ ਜੀ ਆਪਣੇ ਕੋਲ 2,77,43,338, ਠੀਕ ਹੈ। ਤਾਂ 2001 ਦੇ ਵਿੱਚ ਜਦੋਂ ਇਸ ਤੋਂ ਪਹਿਲਾਂ ਜਨਗਣਨਾ ਹੋਈ ਸੀ ਉਦੋਂ ਕਿੰਨੀ ਸੀ? ਉਦੋਂ ਆਪਣੇ ਕੋਲ 2.44 ਕਰੋੜ ਸੀਗੀ। ਤਾਂ ਜਿਹੜੀ ਕੀ ਹੈ ਆਪਣੇ ਕੋਲ ਅਗਰ ਆਪਾਂ ਦੇਖੀਏ ਤਾਂ ਆਪਣੇ ਕੋਲ 13.89% ਇਨਕਰੀਜ਼ਸ, ਮਤਲਬ ਕਿ 2001 ਦੇ ਵਿੱਚ ਅਗਰ 2.44 ਕਰੋੜ ਸੀ ਤਾਂ ਆਪਣੇ ਕੋਲ 2011 ਦੇ ਵਿੱਚ 2.77 ਕਰੋੜ ਜਿਹੜੀ ਆਪਣੇ ਕੋਲ ਆਬਾਦੀ ਬਣ ਗਈ ਔਰ 13.99% ਜਿਹੜਾ ਹੈ ਇਹਦੇ ਵਿੱਚ ਵਾਧਾ ਹੋਇਆ ਹੈ 2001 ਤੋਂ ਲੈ ਕੇ 2011 ਦੇ ਵਿੱਚ। ਨੈਕਸਟ ਦੀ ਅਗਰ ਗੱਲ ਕਰੀਏ ਤਾਂ ਨੈਕਸਟ ਹੈ ਆਪਣੇ ਕੋਲ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਕਿਹੜੇ ਜ਼ਿਲ੍ਹੇ ਦੀ ਆਬਾਦੀ ਸਭ ਤੋਂ ਵੱਧ ਹੈ? ਠੀਕ ਹੈ, 2011 ਦੀ ਜਨਗਣਨਾ ਅਨੁਸਾਰ ਕਿਹੜੇ ਜ਼ਿਲ੍ਹੇ ਦੀ ਆਬਾਦੀ ਸਭ ਤੋਂ ਵੱਧ ਹੈ? ਤਾਂ ਆਪਣੇ ਕੋਲ ਆਂਸਰ ਬਣ ਜਾਂਦਾ ਜੀ ਲੁਧਿਆਣਾ। ਤਾਂ ਆਪਾਂ ਨੂੰ ਇਹ ਵੀ ਪਤਾ ਹੈ ਕਿ ਲੁਧਿਆਣਾ ਜਿਹੜਾ ਹੈਗਾ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਇਹ ਪੰਜਾਬ ਦੀ ਸਭ ਤੋਂ ਵੱਡੀ ਡਿਸਟ੍ਰਿਕਟ ਹੈ, ਠੀਕ ਹੈ, ਔਰ ਇੱਥੇ ਹੀ ਜਿਹੜੀ ਹੈਗੀ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਉਹ ਜਨਸੰਖਿਆ ਪਾਈ ਜਾਂਦੀ ਹੈ। ਨੈਕਸਟ ਹੈ ਆਪਣੇ ਕੋਲ ਪੰਜਾਬ ਦੀ 2011 ਦੀ ਜਨਗਣਨਾ ਅਨੁਸਾਰ ਕਿਹੜੇ ਜ਼ਿਲ੍ਹੇ ਦੀ ਆਬਾਦੀ ਸਭ ਤੋਂ ਘੱਟ ਰਹੀ? ਠੀਕ ਹੈ, ਤਾਂ ਕਿਹੜੇ ਜ਼ਿਲ੍ਹੇ ਦੀ ਆਬਾਦੀ ਸਭ ਤੋਂ ਘੱਟ ਰਹੀ? ਤਾਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਆਪਣੇ ਕੋਲ ਬਣ ਜਾਂਦਾ ਜੀ ਬਰਨਾਲਾ। ਠੀਕ ਹੈ, ਤਾਂ ਬਰਨਾਲਾ ਇਹ ਆਪਣੇ ਕੋਲ ਜ਼ਿਲ੍ਹਾ ਬਣ ਜਾਂਦਾ। ਨੈਕਸਟ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਹੈ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੇ ਕਿੰਨੇ ਲੋਕ ਪੜ੍ਹੇ ਲਿਖੇ ਹਨ? ਠੀਕ ਹੈ, ਤਾਂ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਕਿੰਨੇ ਲੋਕ ਪੜ੍ਹੇ ਲਿਖੇ ਨੇ? ਤਾਂ ਆਪਣੇ ਕੋਲ ਬਣ ਜਾਂਦਾ ਜੀ, ਇਹ ਬਣ ਜਾਂਦਾ ਆਪਣੇ ਕੋਲ ਕੋਂਬੋ ਯਾਨੀ ਕਿ ਬੋਥ ਕੁੜੀਆਂ ਅਤੇ ਮੁੰਡਿਆਂ ਨੂੰ ਮਿਲਾ ਕੇ, ਠੀਕ ਹੈ, ਮੇਲ ਐਂਡ ਫੀਮੇਲਸ ਨੂੰ ਮਿਲਾ ਕੇ ਬਣਦਾ ਆਪਣੇ ਕੋਲ 75.84%। ਅਗਰ ਇਕੱਲੇ ਮੇਲ ਦੀ ਗੱਲ ਕਰੀਏ ਤਾਂ 80.44% ਮੇਲ ਜਿਹੜੇ ਨੇ ਪੜ੍ਹੇ ਲਿਖੇ ਨੇ ਔਰ ਫੀਮੇਲ ਦੀ ਗੱਲ ਕਰੀਏ ਇਕੱਲਿਆਂ ਦੀ ਤਾਂ 70.73% ਜਿਹੜੀਆਂ ਨੇ ਫੀਮੇਲਸ ਉਹ ਪੜ੍ਹੀਆਂ ਲਿਖੀਆਂ ਨੇ। ਅਗਰ ਦੋਨੋਂ ਦੀ ਆਪਾਂ ਐਵਰੇਜ ਕੱਢ ਕੇ ਚੱਲੀਏ ਤਾਂ 75.84% ਜਿਹੜੇ ਨੇ ਦੋਨੋਂ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਲੋਕ ਹਨ। ਨੈਕਸਟ ਆਪਣੇ ਕੋਲ ਹੈ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸਾਖਰਤਾ ਦਰ ਹੈ? ਠੀਕ ਹੈ, ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸਾਖਰਤਾ ਦਰ? ਤਾਂ ਸਾਖਰਤਾ ਦਰ ਦਾ ਮਤਲਬ ਕੀ ਹੁੰਦਾ ਹੈ? ਸਾਖਰਤਾ ਦਰ ਦਾ ਮਤਲਬ ਇਹ ਪੁੱਛਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਹਨ। ਠੀਕ ਹੈ, ਸਭ ਤੋਂ ਜ਼ਿਆਦਾ
ਪੜ੍ਹੇ ਲਿਖੇ ਲੋਕ ਹਨ ਤਾਂ ਪੁੱਛਿਆ ਜਾ ਰਿਹਾ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਹਨ ਤਾਂ ਆਪਣੇ ਕੋਲ ਆਂਸਰ ਬਣਦਾ ਜੀ ਹੁਸ਼ਿਆਰਪੁਰ ਤਾਂ ਇਸਦਾ ਨਾਮ ਵੀ ਉਸੇ ਤਰੀਕੇ ਨਾਲ ਬਣਿਆ ਹੋਇਆ ਆਪਣੀ ਇਸ ਡਿਸਟ੍ਰਿਕਟ ਦਾ ਹੁਸ਼ਿਆਰਪੁਰ ਤਾਂ ਇਸੇ ਹੁਸ਼ਿਆਰਪੁਰ ਦੇ ਲੋਕ ਹੀ ਸਭ ਤੋਂ ਜ਼ਿਆਦਾ ਹੁਸ਼ਿਆਰ ਨੇ ਠੀਕ ਹੈ ਯਾਨੀ ਕਿ ਪੜ੍ਹੇ ਲਿਖੇ ਹੁੰਦੇ ਹਨ ਨੈਕਸਟ ਹੈ ਆਪਣੇ ਕੋਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਸਾਖਰਤਾ ਦਰ ਜਿਹੜੀ ਹੈ ਉਹ ਪਾਈ ਜਾਂਦੀ ਹੈ 2011 ਦੇ ਅਨੁਸਾਰ ਤਾਂ ਇੱਥੇ ਪੁੱਛਿਆ ਜਾ ਰਿਹਾ ਕਿ ਸਭ ਤੋਂ ਘੱਟ ਪੜ੍ਹੇ ਲਿਖੇ ਲੋਕ ਜਿਹੜੇ ਨੇ ਉਹ ਕਿਹੜੇ ਜ਼ਿਲ੍ਹੇ ਦੇ ਵਿੱਚ ਪਾਏ ਜਾਂਦੇ ਨੇ ਤਾਂ ਆਪਣੇ ਕੋਲ ਆਂਸਰ ਜਿਹੜਾ ਹੈ ਉਹ ਬਣ ਜਾਂਦਾ ਜੀ ਮਾਨਸਾ ਤਾਂ ਜਿਹੜੀ ਹੋਣ ਵਾਲੀ ਆਉਣ ਵਾਲੀ ਸੈਂਸਿਸ ਹੈ ਆਪਣੇ ਕੋਲ ਜਨਗਣਨਾ ਜਿਹੜੀ ਹੋ ਕੇ ਆਏਗੀ ਠੀਕ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਆਪਣੇ ਕੋਲ ਜਿਹੜੀ ਕੋਈ ਵੀ ਚੇਂਜਿੰਗ ਹੋ ਸਕਦੀ ਹੈ ਉਹ ਆਪਣੇ ਤੱਕ ਹਜੇ ਤੱਕ ਜਿਹੜੀ ਅਪਡੇਟ ਆਪਾਂ ਨੂੰ ਨਹੀਂ ਮਿਲੀ ਅਤੇ ਆਪਾਂ 2011 ਦੀ ਸੈਂਸਿਸ ਅਨੁਸਾਰ ਕਹਿ ਰਹੇ ਹਾਂ ਕਿ ਜਿਹੜਾ ਸਭ ਤੋਂ ਘੱਟ ਸਾਖਰਤਾ ਦਰ ਸੀਗੀ ਉਹ ਮਾਨਸਾ ਦੀ ਸੀਗੀ ਠੀਕ ਹੈ ਨੈਕਸਟ ਕੁਐਸਚਨ ਜੋ ਆਪਣੇ ਕੋਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਲਿੰਗ ਅਨੁਪਾਤ ਹੈ ਠੀਕ ਹੈ ਤਾਂ ਹੁਣ ਆਪਾਂ ਨੂੰ ਓਬਵੀਅਸਲੀ ਇੱਥੋਂ ਇੰਨੇ ਕੁ ਤਾਂ ਸੈਂਸ ਹੋਣੀ ਚਾਹੀਦੀ ਕਿ ਜਿੱਥੋਂ ਦੇ ਲੋਕ ਜ਼ਿਆਦਾ ਪੜ੍ਹੇ ਲਿਖੇ ਨੇ ਠੀਕ ਹੈ ਉਹਨਾਂ ਨੂੰ ਉਹੀ ਤਰੀਕੇ ਦੇ ਨਾਲ ਜਿਹੜੇ ਕੰਸੈਪਟ ਹੋਣਗੇ ਉਹ ਚੰਗੀ ਤਰ੍ਹਾਂ ਨਾਲ ਸਮਝ ਹੋਣਗੇ ਔਰ ਜਿਹੜੀ ਚੀਜ਼ ਸਹੀ ਉਹਨਾਂ ਨੂੰ ਸਹੀ ਕਰਨਗੇ ਔਰ ਜਿਹੜੀ ਗਲਤ ਹੈ ਉਸਨੂੰ ਗਲਤ ਰੱਖਣਗੇ ਤਾਂ 2011 ਦੀ ਮਰਦਮਸ਼ੁਮਾਰੀ ਅਨੁਸਾਰ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਲਿੰਗ ਅਨੁਪਾਤ ਹੈ ਲਿੰਗ ਅਨੁਪਾਤ ਦਾ ਮਤਲਬ ਹੁੰਦਾ ਹੈ ਅਗਰ ਆਪਣੇ ਕੋਲ 1000 ਮੁੰਡੇ ਨੇ ਇੱਕ ਸਾਈਡ 'ਤੇ ਅਨੁਪਾਤ ਦੇ ਵਿੱਚ ਇੱਧਰ ਕੁੜੀਆਂ ਠੀਕ ਹੈ ਇੱਧਰ ਕੁੜੀਆਂ ਔਰ ਇੱਧਰ ਮੁੰਡੇ ਤਾਂ ਇਸ ਤਰੀਕੇ ਨਾਲ ਇਹਨਾਂ ਦਾ ਅਨੁਪਾਤ ਬਣਦਾ ਹੈ ਤਾਂ ਕਿਸ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਜੀ ਆਪਣੇ ਕੋਲ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਠੀਕ ਹੈ ਤਾਂ ਕਿਉਂਕਿ ਉੱਥੇ ਜਿਹੜੀ ਕੁੜੀਆਂ ਦੀ ਪੈਦਾਵਾਰ ਹੋਏਗੀ ਉਹ ਜ਼ਿਆਦਾ ਹੋਏਗੀ ਕਿਉਂਕਿ ਪੜ੍ਹੇ ਲਿਖੇ ਲੋਕ ਹੈਗੇ ਨੇ ਸਮਝਦਾਰ ਹੈਗੇ ਨੇ ਤਾਂ ਕੁੜੀਆਂ ਦੀ ਹੱਤਿਆ ਦੇ ਖਿਲਾਫ ਨੇ ਠੀਕ ਹੈ ਨੈਕਸਟ ਦੀ ਗੱਲ ਕਰੀਏ ਤਾਂ ਨੈਕਸਟ ਜੋ ਹੈ ਆਪਣੇ ਕੋਲ ਉਹ ਹੈ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਲਿੰਗ ਅਨੁਪਾਤ ਸਭ ਤੋਂ ਘੱਟ ਹੈ ਤਾਂ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਹੈ ਜੀ ਇਹ ਆਪਣੇ ਕੋਲ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਠੀਕ ਹੈ ਤਾਂ ਬਠਿੰਡੇ ਦੇ ਵਿੱਚ 2011 ਦੇ ਅਨੁਸਾਰ ਜਿਹੜਾ ਹੈ ਲਿੰਗ ਅਨੁਪਾਤ ਸਭ ਤੋਂ ਘੱਟ ਸੀ ਠੀਕ ਹੈ ਤਾਂ ਅੱਗੇ ਗੱਲ ਕਰੀਏ ਤਾਂ ਆਬਾਦੀ ਦੇ ਹਿਸਾਬ ਨਾਲ ਪੰਜਾਬ ਨੂੰ ਸਭ ਤੋਂ ਪੰਜਾਬ ਦਾ ਠੀਕ ਹੈ ਪੰਜਾਬ ਨੂੰ ਭਾਰਤ ਦਾ ਦਰਜਾ ਦਿੱਤਾ ਗਿਆ ਹੈ ਇੱਥੇ ਪੁੱਛਿਆ ਜਾ ਰਿਹਾ ਕਿ ਆਬਾਦੀ ਦੇ ਹਿਸਾਬ ਦੇ ਨਾਲ ਪੰਜਾਬ ਨੂੰ ਭਾਰਤ ਵਿੱਚ ਕਿੰਨਵਾਂ ਦਰਜਾ ਜਿਹੜਾ ਉਹ ਦਿੱਤਾ ਗਿਆ ਹੈ ਤਾਂ ਆਪਣੇ ਕੋਲ ਬਣ ਜਾਂਦਾ ਜੀ 16ਵਾਂ ਤਾਂ ਪੰਜਾਬ ਨੂੰ 16ਵਾਂ ਦਰਜਾ ਜਿਹੜਾ ਹੈਗਾ ਉਹ ਭਾਰਤ ਦੇ ਵਿੱਚੋਂ ਪੂਰੇ ਦੇ ਵਿੱਚੋਂ ਦਿੱਤਾ ਗਿਆ ਹੈ ਆਬਾਦੀ ਦੇ ਬੇਸਿਸ ਦੇ ਨਾਲ ਨੈਕਸਟ ਜੋ ਹੈ ਆਪਣੇ ਕੋਲ ਹੈ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਪੰਜਾਬ ਵਿੱਚ ਲਿੰਗ ਅਨੁਪਾਤ ਕੀ ਸੀ ਠੀਕ ਹੈ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿੱਚ ਹੁਣ ਆਪਾਂ ਅੱਗੇ ਗੱਲ ਕਰਕੇ ਹਟੇ ਵੀ ਵੱਧ ਕਿਹੜੇ ਸੀ ਘੱਟ ਕਿਹੜੇ ਸੀ ਉਹ ਆਪਾਂ ਕੀਤਾ ਸੀਗਾ ਡਿਸਟ੍ਰਿਕਟ ਵਾਈਜ਼ ਠੀਕ ਹੈ ਉਹ ਆਪਾਂ ਕੀਤਾ ਡਿਸਟ੍ਰਿਕਟ ਵਾਈਜ਼ ਬਟ ਇੱਥੇ ਜਿਹੜਾ ਪੁੱਛਿਆ ਜਾ ਰਿਹਾ ਉਹ ਐਵਰੇਜ ਯਾਨੀ ਕਿ ਟੋਟਲ ਸਾਰੇ ਜ਼ਿਲ੍ਹਿਆਂ ਦੀ ਐਵਰੇਜ ਮਿਲਾ ਕੇ ਟੋਟਲ ਅਗਰ ਕੱਢੀਏ ਤਾਂ ਟੋਟਲ ਆਪਣੇ ਕੋਲ ਬਣ ਕੇ ਆਉਂਦੀ ਹੈ ਇਹ ਕਿ ਪੂਰੇ ਦੇ ਪੂਰੇ ਪੰਜਾਬ ਦੀ ਐਵਰੇਜ ਯਾਨੀ ਕਿ 895 ਕੁੜੀਆਂ ਮਗਰ 100 ਮੁੰਡੇ ਜਿਹੜੇ ਨੇ ਆਪਣੇ ਕੋਲ ਅਨੁਪਾਤ ਜਿਹੜਾ ਹੈ ਇਸ ਤਰੀਕੇ ਨਾਲ ਇਹ ਬਣ ਕੇ ਆਉਂਦਾ ਹੈ ਨੈਕਸਟ ਜੋ ਅਗਰ ਗੱਲ ਕਰੀਏ ਤਾਂ ਉਹ ਹੈ ਆਪਣੇ ਕੋਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ ਦਾ ਕਿੰਨਾ ਹਿੱਸਾ ਸਿੱਖ ਹਨ ਠੀਕ ਹੈ ਅਗਰ 2011 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਜਨਗਣਨਾ ਹੋਈ ਉਹਦੇ ਵਿੱਚ ਜਦੋਂ ਕਾਊਂਟਿੰਗ ਕੀਤੀ ਗਈ ਕਿ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਮੁਸਲਿਮ ਲੋਕ ਵੀ ਰਹਿੰਦੇ ਨੇ ਠੀਕ ਹੈ ਹਿੰਦੂ ਵੀ ਰਹਿੰਦੇ ਨੇ ਠੀਕ ਹੈ ਜੈਨਿਜ਼ਮ ਤਾਂ ਸੋਰੀ ਹੋਣਗੇ ਠੀਕ ਹੈ ਬਹੁਤ ਘੱਟ ਗਿਣਤੀ ਦੇ ਵਿੱਚ ਨੇ ਕਿਉਂਕਿ 1-2% ਇਹੋ ਜਿਹੀਆਂ ਜਾਤੀਆਂ ਵੀ ਜਿਹੜੀਆਂ ਹੈਗੀਆਂ ਨੇ ਉਹ ਪੰਜਾਬ ਦੇ ਵਿੱਚ ਰਹਿੰਦੀਆਂ ਹਨ ਤਾਂ ਜਿਹੜੇ ਹਨ ਆਪਣੇ ਕੋਲ ਜਿਵੇਂ ਹਿੰਦੂ ਆ ਗਏ ਫਿਰ ਆਪਣੇ ਕੋਲ ਈਸਾਈ ਆ ਜਾਂਦੇ ਨੇ ਤਾਂ ਇਸ ਤਰੀਕੇ ਨਾਲ ਇਹ ਸਾਰੀਆਂ ਜਿਹੜੀਆਂ ਜਾਤੀਆਂ ਨੇ ਇਹ ਪੰਜਾਬ ਦੇ ਵਿੱਚ ਰਹਿੰਦੀਆਂ ਹਨ ਤਾਂ ਇੱਥੇ ਸਿੱਖ ਦੀ ਜਿਹੜੀ ਹੈ ਉਹ ਗਿਣਤੀ ਪੁੱਛੀ ਜਾ ਰਹੀ ਹੈ ਪਰਸੈਂਟੇਜ ਦੇ ਵਿੱਚ ਤਾਂ ਆਪਣੇ ਕੋਲ 57.69% ਜਿਹੜੇ ਨੇ ਪੰਜਾਬ ਦੇ ਵਿੱਚ ਸਿੱਖ ਜਿਹੜੇ ਨੇ ਉਹ ਰਹਿੰਦੇ ਹਨ
ਨੈਕਸਟ ਅਗਰ ਗੱਲ ਕਰੀਏ ਤਾਂ ਅਗਰ ਪੰਜਾਬ ਦੇ ਵਿੱਚ ਸਿੱਖ ਜਿਹੜੇ ਨੇ ਉਹ 57.79% ਰਹਿੰਦੇ ਨੇ, ਠੀਕ ਹੈ, ਤਾਂ ਹਿੰਦੂ ਕਿੰਨੇ ਨੇ ਆਪਣੇ ਕੋਲ 38.49%, ਅਗਰ ਮੁਸਲਿਮ ਦੀ ਗੱਲ ਕਰੀਏ ਤਾਂ ਆਪਣੇ ਕੋਲ 1.93%, ਅਗਰ ਕ੍ਰਿਸਚਨ ਦੀ ਗੱਲ ਕਰੀਏ ਤਾਂ 1.26%, ਔਰ ਪੰਜਾਬ ਦੇ ਵਿੱਚ ਜਿਹੜੇ ਬਚਦੇ ਨੇ ਜੈਨਿਜ਼ਮ ਜਾਂ ਹੋਰ ਧਰਮ ਵੀ ਇੱਥੇ ਹੋ ਸਕਦੇ ਨੇ, ਠੀਕ ਹੈ, ਬਟ ਆਪਣੇ ਕੋਲ ਇਸ ਟਾਈਮ 'ਤੇ ਅਗਰ ਦੇਖੀਏ ਤਾਂ ਕ੍ਰਿਸਚਨ ਜਿਹੜੀ ਹੈ ਇਹਨਾਂ ਦੀ ਗਿਣਤੀ ਸਭ ਤੋਂ ਘੱਟ ਹੈ ਪੰਜਾਬ ਦੇ ਵਿੱਚ, ਔਰ ਅਗਰ ਜਿਹੜੀਆਂ ਬਾਕੀ ਦੀਆਂ ਗਿਣਤੀਆਂ ਵੀ ਹੋ ਸਕਦੀਆਂ, ਅਗਰ ਕੋਈ ਹੋਰ ਜਾਤੀ ਵੀ ਆਉਂਦੀ ਹੈ ਤਾਂ ਉਹ ਇਹਨਾਂ ਤੋਂ ਵੀ ਹੇਠਾਂ ਆਏਗੀ। ਨੈਕਸਟ ਜੋ ਹੈ ਆਪਣੇ ਕੋਲ ਉਹ ਹੈ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਆਬਾਦੀ ਦੀ ਘਣਤਾ ਘੱਟ ਹੈ, ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਆਬਾਦੀ ਦੀ ਘਣਤਾ, ਮਤਲਬ ਕੀ ਹੁੰਦਾ ਕਿ 1 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿੰਨੇ ਲੋਕ ਜਿਹੜੇ ਨੇ ਆਪਣੇ ਕੋਲੋਂ ਜਿਹੜੇ ਨੇ ਉਹਨਾਂ ਦੀ ਰੋਕ ਰਹਿ ਰਹੇ ਨੇ, ਠੀਕ ਹੈ, 1 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿੰਨੇ ਲੋਕ ਰਹਿ ਰਹੇ ਨੇ, ਮਤਲਬ ਕਿ ਟੋਟਲ ਏਰੀਆ ਜਿੰਨਾ ਵੀ ਹੋਊਗਾ ਉਸ ਚੀਜ਼ ਦਾ ਕਵਰ ਕੀਤਾ ਜਾਊਗਾ, ਔਰ ਜਿੰਨੇ ਲੋਕ ਹੋਣਗੇ ਉਹਨੂੰ 19 ਕਿਲੋਮੀਟਰ ਦੇ ਨਾਲ ਕੱਟ ਕੇ ਤਾਂ ਬਣ ਜਾਏਗਾ ਆਪਣੇ ਕੋਲ 1 ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਰਹਿ ਰਹੇ ਨੇ। ਤਾਂ ਉਸੇ ਤਰੀਕੇ ਨਾਲ ਇੱਥੇ ਕਿਹਾ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਆਬਾਦੀ ਦੀ ਘਣਤਾ ਜਿਹੜੀ ਹੈ ਸਭ ਤੋਂ ਘੱਟ ਹੈ, ਤਾਂ ਉਹ ਹੈ ਜੀ ਆਪਣੇ ਕੋਲ ਸ਼੍ਰੀ ਮੁਕਤਸਰ ਸਾਹਿਬ ਦੀ, ਠੀਕ ਹੈ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜਿਹੜੀ ਆਬਾਦੀ ਦੀ ਘਣਤਾ ਹੈ ਸਭ ਤੋਂ ਘੱਟ ਹੈ। ਨੈਕਸਟ ਆਪਣੇ ਕੋਲ ਹੈ ਪੰਜਾਬ ਦੇ ਕਿੰਨੇ ਪ੍ਰਤੀਸ਼ਤ ਆਬਾਦੀ ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਹੈ, ਤਾਂ ਪੰਜਾਬ ਦੀ ਕਿੰਨੇ ਪ੍ਰਤੀਸ਼ਤ ਆਬਾਦੀ ਜਿਹੜੀ ਹੈ ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਹੈ, ਕਿਹਦੇ ਅਕੋਰਡਿੰਗ, 2011 ਦੇ ਅਕੋਰਡਿੰਗ, ਤਾਂ ਆਪਣੇ ਕੋਲ 37.48% ਜਿਹੜੀ ਹੈ ਇੰਨੀ ਆਬਾਦੀ ਸ਼ਹਿਰਾਂ ਦੇ ਵਿੱਚ ਰਹਿੰਦੀ ਹੈ, ਠੀਕ ਹੈ, ਤਾਂ ਅਗਰ ਸ਼ਹਿਰਾਂ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਗੱਲ ਕਰੀਏ ਤਾਂ 83.18% ਲੋਕ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਪੜ੍ਹੇ ਲਿਖੇ ਹਨ। ਅਗਰ 2011 ਦੀ ਗੱਲ ਕਰੀਏ ਤਾਂ ਇਹ ਆਪਣੇ ਕੋਲ 25.86% ਸੀ, ਠੀਕ ਹੈ, ਸ਼ਹਿਰਾਂ ਦੇ ਵਿੱਚ ਲੋਕਾਂ ਦੀ ਗਿਣਤੀ, ਔਰ ਇਹ 2011 ਤੱਕ ਇਨਕਰੀਜ਼ ਹੋ ਕੇ ਆਪਣੇ ਕੋਲ 37.48% ਜਿਹੜੀ ਉਹ ਹੋ ਚੁੱਕੀ ਹੈ, ਮਤਲਬ ਕਿ 25.86% ਤੋਂ 37.48% ਤੱਕ ਜਾ ਚੁੱਕੀ ਹੈ, ਕਿਉਂਕਿ ਪਿੰਡਾਂ ਨੂੰ ਲੋਕ ਛੱਡ ਕੇ ਜਿਹੜੇ ਨੇ ਸ਼ਹਿਰਾਂ ਦੇ ਵਿੱਚ ਜਾ ਕੇ ਰਹਿਣ ਲੱਗੇ ਨੇ। ਨੈਕਸਟ ਦੀ ਆਪਾਂ ਗੱਲ ਕਰੀਏ ਤਾਂ ਇਹ ਆਪਣੇ ਕੋਲ ਪੰਜਾਬ ਦੀ ਕਿੰਨੀ ਪ੍ਰਤੀਸ਼ਤ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ, ਤਾਂ ਪੰਜਾਬ ਦੀ ਕਿੰਨੀ ਆਬਾਦੀ ਜਿਹੜੀ ਉਹ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ, ਤਾਂ ਇਹ ਆਪਣੇ ਕੋਲ ਬਣ ਜਾਂਦਾ ਜੀ 62.52% ਅਕੋਰਡਿੰਗ ਟੂ 2011 ਸੈਂਸਿਸ। ਤਾਂ 2001 ਦੀ ਅਗਰ ਗੱਲ ਕਰੀਏ ਤਾਂ ਉਦੋਂ ਆਪਣੇ ਕੋਲ ਕਿੰਨੀ ਸੀਗੀ ਜੀ 7.75%, ਠੀਕ ਸੋਰੀ 7.75% ਜਿਹੜੀ ਹੈ ਆਪਣੇ ਕੋਲ ਇਨਕਰੀਜ਼ ਹੋਈ ਹੈ, ਠੀਕ ਹੈ, 2001 ਤੋਂ ਲੈ ਕੇ 2011 ਤੱਕ ਜਿਹੜੀ ਹੈ ਉਹ 7.75% ਜਿਹੜੀ ਹੈ ਉਹ ਇਨਕਰੀਜ਼ ਹੋਈ ਹੈ, ਠੀਕ ਹੈ, ਇਨਕਰੀਜ਼ ਹੋ ਕੇ ਕਿੰਨੀ ਬਣ ਗਈ 62.52% 2011 ਦੇ ਵਿੱਚ ਜਿਹੜੀ ਗਿਣਤੀ। ਨੈਕਸਟ ਆਪਣੇ ਕੋਲ ਹੈ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਆਬਾਦੀ ਘਣਤਾ ਪ੍ਰਤੀ ਵਰਗ ਕਿਲੋਮੀਟਰ ਵਿੱਚ ਕਿੰਨੀ ਹੈ, ਠੀਕ ਹੈ, ਤਾਂ ਇੱਥੇ ਹੁਣ ਟੋਟਲ ਪੰਜਾਬ ਦੀ ਪੂਰੇ ਪੰਜਾਬ ਦੀ ਐਵਰੇਜ ਪੁੱਛੀ ਜਾ ਰਹੀ ਹੈ ਕਿ 1 ਕਿਲੋਮੀਟਰ ਦੇ ਅੰਦਰ ਕਿੰਨੇ ਪ੍ਰਤੀ ਵਿਅਕਤੀ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਦੇ ਹਨ, ਤਾਂ ਆਪਣੇ ਕੋਲ ਕਿੰਨੇ ਆਉਂਦੇ ਆ ਜੀ 551, ਤਾਂ 551 ਪ੍ਰਤੀ ਆਪਣੇ ਕੋਲ ਕਿਲੋਮੀਟਰ ਵਰਗ ਦੇ ਵਿੱਚ ਜਿਹੜੇ ਨੇ ਇਹ ਲੋਕ ਦੇਖਣ ਨੂੰ ਮਿਲਦੇ ਹਨ। ਔਰ ਅਗਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਔਰ ਬੈੱਲ ਆਈਕਨ ਵਾਲੀ ਘੰਟੀ ਨੂੰ ਆਲ 'ਤੇ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ। ਤਾਂ ਜਿਹੜਾ ਨੈਕਸਟ ਕੁਐਸਚਨ ਹੈ ਉਹ ਹੈ ਆਪਣੇ ਕੋਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿੱਚ ਕਿਸ ਧਾਰਮਿਕ ਸਮੂਹ ਦੀ ਆਬਾਦੀ ਸਭ ਤੋਂ ਘੱਟ ਹੈ, ਤਾਂ ਉਸ ਦੇ ਅਕੋਰਡਿੰਗ ਜਿਹੜੀਆਂ ਕਿ ਆਪਾਂ ਅੱਗੇ ਦੇਖ ਕੇ ਆਏ ਹਾਂ, ਠੀਕ ਹੈ, ਵੀ ਕਿਸ ਕਿਸ ਜਾਤੀ ਦੀ ਕਿੰਨੀ ਸੀਗੀ ਘਣਤਾ ਜਿਹੜੀ ਹੈ ਪੰਜਾਬ ਦੇ ਵਿੱਚ, ਤਾਂ ਉਸ ਹਿਸਾਬ ਨਾਲ ਜਿਹੜੀਆਂ ਆਪਾਂ ਚਾਰ ਲਿਖੀਆਂ ਤਾਂ ਉੱਥੇ ਕ੍ਰਿਸਚਨ ਆਪਣੇ ਕੋਲ ਸਭ ਤੋਂ ਡਾਊਨ 'ਤੇ ਆਉਂਦਾ ਸੀ, ਤਾਂ ਇੱਥੇ ਆਪਣੇ ਕੋਲ ਜੋ ਆਨਸਰ ਬਣ ਜਾਂਦਾ ਕ੍ਰਿਸਚਨ ਬਣ ਜਾਂਦਾ, ਬਟ ਅਗਰ ਆਪਣੇ ਕੋਲ ਪੂਰੀਆਂ ਜਾਤੀਆਂ ਅਗਰ ਆਪਾਂ ਦੇਖੀਏ ਕਿ ਇਹਨਾਂ ਤੋਂ ਹੇਠਾਂ ਵੀ ਕੋਈ ਨਾ ਕੋਈ ਹੋਏਗੀ ਜਿਹੜੀ 0.something ਵੀ ਪਰਸੈਂਟ ਦੇ ਵਿੱਚ ਇੱਥੇ ਕੈਰੀ ਜਿਹੜੀ ਉਹ ਕਰਦੀ ਹੋਏਗੀ, ਤਾਂ ਉਹ ਆਪਾਂ ਇੱਥੇ ਆਨਸਰ ਬਣ ਸਕਦਾ ਹੈ, ਤਾਂ ਇਹਨੂੰ ਜਿਹੜਾ ਹੈ ਇਹਨੂੰ ਪਰਮਾਨੈਂਟ ਜਿਹੜਾ ਹੈ ਮੰਨ ਕੇ ਨਹੀਂ ਚੱਲਣਾ, ਠੀਕ, ਕਿਉਂਕਿ ਇਸ ਤੋਂ ਡਾਊਨ ਵੀ ਕੋਈ ਹੋ ਸਕਦਾ ਹੈ। ਨੈਕਸਟ ਜੋ ਹੈ ਆਪਣੇ ਕੋਲ ਸਾਲ 2001 ਤੋਂ ਸਾਲ 2011 ਤੱਕ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੀ ਆਬਾਦੀ ਸਭ ਤੋਂ ਵੱਧ ਤੇਜ਼ੀ ਨਾਲ
ਕਿਹੜੇ ਜ਼ਿਲ੍ਹੇ ਦੀ ਆਬਾਦੀ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਾਧਾ ਹੋਇਆ ਹੈ? ਠੀਕ ਹੈ, 2011, 2001 ਤੋਂ ਲੈ ਕੇ 2011 ਦੇ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਆਬਾਦੀ ਜਿਹੜੀ ਸੀਗੀ ਉਹ ਸਭ ਤੋਂ ਵੱਧ ਤੇਜ਼ੀ ਨਾਲ ਜਿਹੜਾ ਉਹਦੇ ਵਿੱਚ ਵਾਧਾ ਹੋਇਆ? ਤਾਂ ਉਹ ਲੁਧਿਆਣਾ ਹੀ ਹੈ ਜੀ, ਜਿਹੜੇ ਆਪਣੇ ਕੋਲ ਆਬਾਦੀ ਦੇ ਦਰਜੇ ਦੇ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਹੈ ਪੰਜਾਬ ਦੇ ਵਿੱਚ। ਨੈਕਸਟ ਜੋ ਹੈ ਆਪਣੇ ਕੋਲੋਂ ਹੈ, 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਕਿੰਨੀ ਪ੍ਰਤੀਸ਼ਤ ਆਬਾਦੀ ਅਨੁਸੂਚਿਤ ਜਾਤੀਆਂ ਯਾਨੀ ਕਿ SC ਸ਼ਡਿਊਲ ਕਾਸਟ ਦੇ ਵਿੱਚ ਨਾਲ ਜਾਂ ਸ਼ਡਿਊਲ ਕਾਸਟ ਦੇ ਨਾਲ ਸੰਬੰਧਿਤ ਹੈ? ਤਾਂ ਆਪਣੇ ਕੋਲ ਆ ਜਾਂਦਾ ਜੀ ਆਂਸਰ ਅਰਾਊਂਡ 30%। ਠੀਕ ਹੈ, ਅਰਾਊਂਡ 30% ਜਿਹੜੇ ਹੈਗੇ ਨੇ ਲੋਕ ਆਪਣੇ ਕੋਲ ਉਹ ਪੰਜਾਬ ਦੇ ਵਿੱਚ ਸ਼ਡਿਊਲਡ ਕਾਸਟ ਦੇ ਨਾਲ ਸੰਬੰਧਿਤ ਹਨ, ਯਾਨੀ ਕਿ 88.60 ਹਜ਼ਾਰ। ਠੀਕ ਹੈ, ਤਾਂ ਕਰੈਕਟ ਅਗਰ ਪੁੱਛਿਆ ਜਾਵੇ ਤਾਂ ਆਪਣੇ ਕੋਲ ਅਗਰ ਹੈ ਤਾਂ ਇਹ ਹੈ ਆਪਣੇ ਕੋਲ 31.94%। ਇਹ ਆਪਣੇ ਕੋਲ ਆਨਸਰ ਦੇ ਅਕੋਰਡਿੰਗ ਸੀ ਵੀ ਜਿਵੇਂ ਆਪਣੇ ਕੋਲ ਆਪਸ਼ਨਸ ਅਗਰ ਬਣ ਜਾਂਦੀਆਂ ਨੇ ਕਿਸ ਤਰੀਕੇ ਨਾਲ ਆਪਾਂ ਦੇਖੀਏ ਤਾਂ, ਕਿਉਂਕਿ ਆਪਸ਼ਨਸ ਜਿਹੜੀਆਂ ਉੱਥੇ ਦਿੱਤੀਆਂ ਹੋਈਆਂ ਡਾਇਰੈਕਟ ਦਿੱਤੀਆਂ ਹੁੰਦੀਆਂ ਜਿਵੇਂ 20%, 10%, 30% ਇੱਦਾਂ ਕਰਕੇ ਦੇਤੀਆਂ, ਤਾਂ ਆਪਾਂ ਅਪਰੋਕਸੀਮੇਟ ਜਾ ਕੇ ਉਹਦੇ ਨੇੜੇ ਜਾ ਕੇ ਪੁੱਛਾਂਗੇ ਤਾਂ ਆਪਣੇ ਕੋਲ 30% ਬਣ ਗਈ। ਅਗਰ ਐਗਜੈਕਟ ਆਪਣੇ ਤੋਂ ਵੈਲਿਊ ਪੁੱਛਿਆ ਜਾਵੇ ਕਿ ਕੰਪਲੀਟ ਕਿੰਨੀ ਹੈ, ਕਰੈਕਟ ਕਿੰਨੀ ਹੈ, ਤਾਂ ਉਹ ਆਪਣੇ ਕੋਲ 31.94% ਲੋਕ ਜਿਹੜੇ ਨੇ ਉਹ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧ ਰੱਖਦੇ ਹਨ। ਨੈਕਸਟ ਜੋ ਹੈ ਉਹ ਆਪਣੇ ਕੋਲ ਹੈ, 2011 ਦੀ ਜਨਗਣਨਾ ਅਨੁਸਾਰ ਭਾਰਤ ਦਾ ਕਿਹੜਾ ਰਾਜ ਸਭ ਤੋਂ ਵੱਧ ਸੰਘਣੀ ਆਬਾਦੀ ਵਾਲਾ ਹੈ? ਠੀਕ ਹੈ, ਭਾਰਤ ਦਾ ਕਿਹੜਾ ਰਾਜ ਜਨਗਣਨਾ ਅਨੁਸਾਰ ਭਾਰਤ ਦਾ ਕਿਹੜਾ ਰਾਜ ਸਭ ਤੋਂ ਵੱਧ ਸੰਘਣੀ ਆਬਾਦੀ ਵਾਲਾ? ਇੱਥੇ ਪੁੱਛਿਆ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ, ਇੱਥੇ ਹੁਣ ਪੰਜਾਬ ਦਾ ਨਹੀਂ, ਇੱਥੇ ਭਾਰਤ ਦਾ ਕੁਐਸਚਨ ਆ ਗਿਆ। ਠੀਕ ਹੈ, ਪੂਰੇ ਤੋਂ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਜਿਹੜੀ ਆਬਾਦੀ ਹੈ ਉਹ ਕਿਸ, ਸਭ ਤੋਂ ਵੱਧ ਆਬਾਦੀ ਜਿਹੜੀ ਹੈ ਵੀ ਸੰਘਣੀ ਆਬਾਦੀ, ਸਭ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਮਤਲਬ ਕਿ ਵਰਗ ਕਿਲੋਮੀਟਰ ਦੇ ਵਿੱਚ, ਤਾਂ ਸਭ ਤੋਂ ਜ਼ਿਆਦਾ ਜਿਹੜੀ ਹੈ ਵਰਗ ਕਿਲੋਮੀਟਰ ਦੇ ਵਿੱਚ ਲੋਕ ਜਿਹੜੇ ਨੇ ਕਿੱਥੇ ਰਹਿੰਦੇ ਨੇ? ਤਾਂ ਆਪਣੇ ਕੋਲ ਬਣਦਾ ਜੀ ਬਿਹਾਰ ਦੇ ਵਿੱਚ। ਠੀਕ ਹੈ, ਤਾਂ ਆਪਣੀ ਇੱਥੇ ਇਹ ਖਤਮ ਹੁੰਦੀ ਹੈ ਕਲਾਸ। ਠੀਕ ਹੈ, ਪੂਰੀ ਦੀ ਪੂਰੀ ਜਾਣਕਾਰੀ ਜੋ ਸੀਗੀ 2011 ਸੈਂਸਿਸ ਦੇ ਅਨੁਸਾਰ ਮਤਲਬ ਕਿ ਕਿਹੜੇ ਕਿਹੜੇ ਰਾਜ ਨਾਲ ਕੀ ਕੀ ਸੰਬੰਧਿਤ ਹੈ, ਤਾਂ ਉਸ ਤਰੀਕੇ ਨਾਲ ਜੋ ਹੈ ਆਪਾਂ ਪੂਰਾ ਜਿਹੜਾ ਹੈ ਉਹਦੇ ਵਿੱਚ ਕਰ ਚੁੱਕੇ ਹਾਂ। ਠੀਕ ਹੈ, ਔਰ ਅਗਰ ਨਵੀਂ ਜੋ ਹੈ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਔਰ ਅਗਰ ਤੁਸੀਂ ਹਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਔਰ ਬੈੱਲ ਆਈਕਨ ਵਾਲੀ ਘੰਟੀ ਨੂੰ ਆਲ 'ਤੇ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਅੱਗੇ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ, ਔਰ ਵੀਡੀਓ ਨੂੰ ਆਪਣੇ ਦੋਸਤਾਂ